ਜਿਹਦਾ ਅਰਮਾਨ। ਅੱਜ ਸਾਡੇ ਕੋਲ ਇਹਦੇ ਮਾਂ ਪਿਓ ਆਏ, ਅਸੀਂ ਸਾਡਾ ਨਾਕਾ ਲੱਗਿਆ ਹੋਇਆ ਸੀਗਾ ਟੀ ਪੁਆਇੰਟ ਬਠਿੰਡਾ 'ਤੇ, ਇਹ ਸਾਡੇ ਕੋਲ ਆਏ। ਸਾਡੇ ਕੋਲ ਆ ਕੇ ਕਹਿੰਦੇ ਵੀ ਸਾਡਾ ਬੱਚਾ ਤਕਰੀਬਨ 1:30 ਵਜੇ ਦਾ ਉੱਥੋਂ ਸੰਗਰੂਰ ਤੋਂ ਚੱਲਿਆ ਹੋਇਆ, ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ। ਔਰ ਜਿਸ ਟਾਈਮ ਸਾਡੇ ਕੋਲ ਆ ਕੇ ਇਹਨਾਂ ਨੇ ਆ ਕੇ ਦੱਸਿਆ, ਉਦੋਂ ਮੁੜ ਕੇ ਅਸੀਂ ਉੱਥੋਂ ਦੇਖਿਆ, ਘੰਟਾ ਕੁ ਅਸੀਂ ਦੇਖਿਆ, ਚੈੱਕ ਕੀਤਾ ਵੀ ਟਰੱਕ ਟਰੁੱਕ ਕੋਈ ਹੈਗਾ, ਟਰੱਕ ਟਰੁੱਕ ਤੋਂ ਕਿਸੇ ਤੋਂ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਇਹਦੀ ਕਾਲ ਡਿਟੇਲ ਪਵਾਈ, ਕਾਲ ਡਿਟੇਲ ਤੋਂ ਇਹਦਾ ਜਿਹੜਾ ਫੋਨ ਬੰਦ ਆ ਰਿਹਾ ਸੀਗਾ ਮਸਤੋਣਾ ਸਾਹਿਬ, ਓਕੇ, ਔਰ ਡਿਪਟੀ ਸਾਹਿਬ ਆਇਆ। ਡਿਪਟੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਉੱਧਰ ਨੂੰ ਪੂਛ ਕਰੋ, ਅਸੀਂ ਦੂਜੇ ਪਾਸੇ ਜਾਂਦੇ ਹਾਂ ਮਸਤੋਣਾ ਸਾਹਿਬ ਨੂੰ। ਅਸੀਂ ਜਦੋਂ ਉੱਤੇ ਜਾ ਕੇ ਦੇਖਿਆ ਤਾਂ ਮਸਤੋਣਾ ਸਾਹਿਬ ਇਹ ਬੱਚੇ ਨੂੰ ਮਤਲਬ ਅਸੀਂ 1.25 ਘੰਟੇ ਦੇ ਵਿੱਚ ਟਰੇਸ ਕਰਕੇ ਇਹਨਾਂ ਦੇ ਮਾਂ ਪਿਓ ਦੇ ਹਵਾਲੇ ਕਰਤਾ।